ਓਕੇ ਦੋਸਤੋ, ਜੇਲ੍ਹ ਬਾਰਡਰ ਦੇ ਜਿਨ੍ਹਾਂ ਵੀ ਕੈਂਡੀਡੇਟ ਦੇ 40% ਤੋਂ ਉੱਪਰ ਨੰਬਰ ਬਣਦੇ ਨੇ ਉਹਨਾਂ ਦੇ ਜਿਹੜੇ ਫਿਜ਼ੀਕਲ ਫਿਟਨੈਸ ਟੈਸਟ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਨੇ। ਸਿੰਪਲ ਜਿਹਾ ਪ੍ਰੋਸੈਸ ਹੈ, ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ, ਉੱਥੇ ਤੁਹਾਨੂੰ ਇਸ ਵੈਬਸਾਈਟ ਦਾ ਲਿੰਕ ਮਿਲ ਜਾਏ, ਉਸ 'ਤੇ ਕਲਿੱਕ ਕਰੋਗੇ ਤੁਸੀਂ ਇਸ ਵੈਬਸਾਈਟ ਉੱਪਰ ਪਹੁੰਚ ਜਾਓਗੇ। ਇਸ ਤੋਂ ਬਾਅਦ ਆਪਾਂ ਡਾਊਨਲੋਡ ਐਡਮਿਟ ਕਾਰਡ PMT ਜਾਂ PET 'ਤੇ ਆਪਾਂ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਇਸ ਤਰ੍ਹਾਂ ਦਾ ਆਪਣੇ ਕੋਲ ਇੰਟਰ ਰੋਲ ਨੰਬਰ ਦਾ ਅਤੇ ਡੇਟ ਆਫ ਬਰਥ ਦਾ ਆਪਸ਼ਨ ਆ ਜਾਂਦਾ। ਇਸ 'ਤੇ ਆਪਾਂ ਜਿਵੇਂ ਹੀ ਜਨਰੇਟ ਐਡਮਿਟ ਕਾਰਡ 'ਤੇ ਕਲਿੱਕ ਕਰਾਂਗੇ, ਇਸ ਤਰ੍ਹਾਂ ਦਾ ਐਡਮਿਟ ਕਾਰਡ ਆਪਣੇ ਨੀਚੇ ਸਕਰੀਨ ਤੇ ਖੁੱਲ ਜਾਏਗਾ। ਇਸ ਤੋਂ ਬਾਅਦ ਆਪਾਂ ਡਾਊਨਲੋਡ ਐਡਮਿਟ ਕਾਰਡ ਤੇ ਕਲਿੱਕ ਕਰ ਲਾਂਗੇ। ਇਸ ਤਰ੍ਹਾਂ ਸੇਫਲੀ ਤੁਹਾਡਾ ਜਿਹੜਾ ਐਡਮਿਟ ਕਾਰਡ ਉਹ ਡਾਊਨਲੋਡ ਹੋ ਜਾਏਗਾ। ਨੀਚੇ ਤੁਸੀਂ ਚੈੱਕ ਕਰ ਸਕਦੇ ਹੋ, ਜਿੱਥੇ ਤੁਹਾਡਾ ਫਿਜ਼ੀਕਲ ਫਿਟਨੈਸ ਟੈਸਟ ਹੋਵੇਗਾ, ਸਪੋਰਟ ਕੰਪਲੈਕਸ ਸੈਕਟਰ ਨੰਬਰ 17 ਚੰਡੀਗੜ੍ਹ, ਅਤੇ ਨੀਚੇ ਇਹਨਾਂ ਦੀ ਡੇਟ ਵੀ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਕਿ ਕਿੰਨੇ ਵਜੇ ਤੁਹਾਡੀ ਟ੍ਰਾਇਲ ਹੋਵੇਗੀ। ਇਹ ਸੈਲਫ ਡਿਕਲੇਰੇਸ਼ਨ ਕੋਵਿਡ ਦੇ ਰਿਲੇਟਡ ਫੋਰਮ ਹੈ, ਇਹ ਵੀ ਤੁਸੀਂ ਫਿਲ ਕਰਕੇ ਨਾਲ ਲੈ ਜਾਓ, ਇਹ ਵੀ ਕੰਪਲਸਰੀ ਹੈ। ਤਾਂ ਸਿੰਪਲ ਜਿਹਾ ਆਪਣਾ ਨਾਮ ਫਿਲ ਕਰਨਾ, ਆਪਣੇ ਫਾਦਰ ਦਾ ਨੇਮ ਫਿਲ ਕਰਨਾ, ਤਾਂ ਆਪਣਾ ਐਡਰੈਸ ਇੱਥੇ ਫਿਲ ਕਰਨਾ, ਨੀਚੇ ਸਿਗਨੇਚਰ ਕਰਕੇ ਨਾਲ ਇਸਦਾ ਪ੍ਰਿੰਟ ਕਢਾ ਕੇ ਯੂਜ਼ ਕਰਕੇ ਨਾਲ ਲੈ ਕੇ ਜਾਣਾ, ਇਹ ਕੰਪਲਸਰੀ ਹੈ। ਅਤੇ ਹੁਣ ਆਪਾਂ ਗੱਲ ਕਰ ਲੈਂਦੇ, ਕਾਫੀ ਬੱਚੇ ਪੁੱਛ ਰਹੇ ਸਨ ਕਿ ਸ਼ੋਟ ਪੁੱਟ ਵਿੱਚ ਕੀ ਰੂਲ ਨੇ ਅਤੇ ਰੋਪ ਕਲਾਈਮਿੰਗ ਵਿੱਚ ਕੀ ਰੂਲ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਸ਼ੋਟ ਪੁੱਟ ਦੀ, ਤਾਂ ਇਸ ਤਰ੍ਹਾਂ ਦਾ ਜਿਹੜਾ ਗਰਾਊਂਡ ਹੋਵੇਗਾ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ, ਅਤੇ ਇਸ ਤਰ੍ਹਾਂ ਦੀ ਇੱਕ ਬੋਲ ਹੋਵੇਗੀ ਤੁਹਾਡੇ ਕੋਲ ਜਿਸ ਦਾ ਵਜ਼ਨ ਕਿੰਨਾ ਹੋਵੇਗਾ, 7 ਕਿਲੋ 26 ਗ੍ਰਾਮ ਦਾ ਇਹ ਗੋਲਾ ਹੋਵੇਗਾ। ਆਪਾਂ ਕਰਨਾ ਕੀ ਹੈ, ਜਿਹੜਾ ਵੀ ਕੈਂਡੀਡੇਟ ਦੀ ਟ੍ਰਾਇਲ ਆ ਉਹ ਇੱਧਰ ਗੋਲੇ ਦੇ ਇੱਧਰ ਦੀ ਆਵੇਗਾ, ਅਤੇ ਗੋਲਾ ਸਿੱਟ ਕੇ ਇਹਨਾਂ ਦੋ ਲਾਈਨਾਂ ਦੇ ਵਿਚਕਾਰ ਵਿਚਕਾਰ ਹੀ ਗੋਲਾ ਸਿੱਟਣਾ ਹੈ ਉਹਨਾਂ ਨੂੰ, ਅਤੇ ਵਾਪਸ ਹੀ ਇਸ ਰਸਤੇ ਆ ਜਾਣਾ ਹੈ। ਟ੍ਰਾਇਲ ਦੇ ਦੌਰਾਨ ਤੁਸੀਂ ਧਿਆਨ ਵਿੱਚ ਰੱਖਣੀਆਂ ਗੱਲਾਂ, ਇਹ ਲਾਈਨਸ ਦਿਖ ਰਹੀ ਨੇ ਤੁਹਾਨੂੰ, ਇਹ ਲਾਈਨ ਦਿਖ ਰਹੀ ਨੇ, ਇੱਧਰ ਵੀ ਹੈ ਅਤੇ ਰਾਈਟ ਸਾਈਡ ਵੀ ਹੈ ਅਤੇ ਲੈਫਟ ਸਾਈਡ ਵੀ ਹੈ। ਤੁਸੀਂ ਇਸ ਦੇ ਅੰਦਰ ਅੰਦਰ ਦੀ ਜਾਣਾ, ਇੰਟਰ ਕਰਨਾ ਗੋਲੇ ਅਤੇ ਸਰਕਲ ਵਿੱਚ, ਸਰਕਲ ਵਿੱਚ ਗੋਲਾ ਸਿੱਟ ਕੇ ਤੁਹਾਡਾ ਗੋਲਾ ਜਿਹੜਾ ਇਸ ਦਾਇਰੇ ਦੇ ਅੰਦਰ ਜਾਣਾ ਚਾਹੀਦਾ। ਜੇ ਇਸ ਦਾਇਰੇ ਤੋਂ ਇਸ ਸਾਈਡ ਚਲਾ ਗਿਆ ਗੋਲਾ ਜਾਂ ਇਸ ਸਾਈਡ ਚਲਾ ਗਿਆ ਤਾਂ ਉਹ ਫੋਲ ਮੰਨਿਆ ਜਾਵੇਗਾ ਅਤੇ ਤੁਹਾਡਾ ਨੰਬਰ ਨਹੀਂ ਲੱਗੇਗਾ। ਐਂਡ ਗੋਲਾ ਸੁੱਟਣ ਤੋਂ ਬਾਅਦ ਜੇ ਵਾਪਿਸ ਤੁਸੀਂ ਇਸੇ ਰਸਤੇ ਆਉਂਦੇ ਹੋ ਤਾਂ ਸਹੀ ਜਿਹੜਾ ਤਰੀਕਾ ਹੋਵੇਗਾ ਤੁਹਾਡਾ, ਜੇ ਤੁਸੀਂ ਗਲਤ ਸਾਈਡ ਤੋਂ ਨਿਕਲ ਜਾਂਦੇ ਹੋ ਇਸ ਗੋਲੇ ਵਿੱਚ ਤਾਂ ਵੀ ਇਹ ਫੋਲ ਮੰਨਿਆ ਜਾਵੇਗਾ। ਤਾਂ ਇਹ ਗੱਲਾਂ ਤੁਹਾਨੂੰ ਸਾਰੀ ਪਤਾ ਹੋਣੀ ਹੈ ਕਿ ਕਿਹੜਾ ਕਿੱਥੇ ਫੋਲ ਹੁੰਦਾ ਹੈ ਅਤੇ ਕਿੱਥੇ ਰਾਈਟ ਆਪਣਾ ਜਿਹੜਾ ਪੁਆਇੰਟ ਮਿਲਦਾ ਹੈ। ਅਤੇ ਇਸ ਤੋਂ ਬਾਅਦ ਗੱਲ ਕਰੀਏ ਰੋਪ ਕਲਾਈਮਿੰਗ ਦੀ, ਤਾਂ ਇੱਥੇ ਤੁਸੀਂ ਦੋ ਇਮੇਜ ਦੇਖ ਸਕਦੇ ਹੋ, ਇਮੇਜ ਨੰਬਰ 1 ਦੀ ਗੱਲ ਕਰੀਏ ਅਤੇ ਇਮੇਜ ਨੰਬਰ 2 ਦੀ। ਇਮੇਜ ਨੰਬਰ 1 ਵਿੱਚ ਕੀ ਹੈ, ਬਿਨਾਂ ਜਿਹੜੇ ਇਹ ਪੈਰ ਨੂੰ ਟੱਚ ਕਰੇ ਹੋਏ ਰੋਪ 'ਤੇ ਕਲਾਈਮ ਕਰ ਰਿਹਾ ਹੈ, ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪੈਰ ਟੱਚ ਹੋ ਰਹੇ ਨੇ। ਹੁਣ ਬੱਚਿਆਂ 'ਚ ਕਾਫੀ ਕਨਫਿਊਜ਼ਨ ਹੈ, ਸਰ ਸਾਨੂੰ ਟ੍ਰਾਇਲ ਦੇ ਦੌਰਾਨ ਪੈਰ ਟੱਚ ਕਰਕੇ ਰੋਪ ਕਲਾਈਮਿੰਗ ਕਰਨੀ ਹੈ ਜਾਂ ਬਿਨਾਂ ਪੈਰ ਟੱਚ ਕੀਏ ਹੋਏ ਆਪਾਂ ਰੋਪ ਕਲਾਈਮ ਕਰ ਸਕਦੇ ਹਾਂ। ਦੇਖੋ, ਇਹਨਾਂ ਨੇ ਆਫੀਸ਼ਲ ਨੋਟੀਫਿਕੇਸ਼ਨ ਵਿੱਚ ਕੋਈ ਵੀ ਗੱਲ ਮੈਂਸ਼ਨ ਨਹੀਂ ਕੀਤੀ ਕਿ ਤੁਸੀਂ ਪੈਰ ਯੂਜ਼ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ। ਇਟਸ ਮੀਨ ਕੀ ਹੋਇਆ ਕਿ ਤੁਸੀਂ ਜਿਵੇਂ ਮਰਜ਼ੀ ਰੋਪ ਕਲਾਈਮਿੰਗ ਕਰ ਸਕਦੇ ਹੋ, ਜਿਵੇਂ ਮਰਜ਼ੀ ਤੋਂ ਤੁਸੀਂ ਕੰਫਰਟੇਬਲ ਹੋ ਉਵੇਂ ਜਾ ਕੇ ਤੁਸੀਂ ਰੋਪ ਉੱਪਰ ਚੜ੍ਹ ਸਕਦੇ ਹੋ। ਅਤੇ ਮੈਂ ਤੁਹਾਨੂੰ ਇੱਕ ਟਿਪ ਦੇਵਾਂ ਕਿ ਤੁਸੀਂ ਜਿਹੜੀ ਤਿਆਰੀ ਕਰ ਰਹੇ ਹੋ ਉਹ ਬਿਨਾਂ ਪੈਰਾਂ ਨੂੰ ਟੱਚ ਕਰੇ ਹੋਏ, ਜੇ ਸਿੱਧਾ ਆਪਦੀ ਤਿਆਰੀ ਪਰਫੈਕਟ ਕਰ ਰਹੇ ਹੋ ਬਿਨਾਂ ਪੈਰ ਦਾ ਸਹਾਰਾ ਲਏ ਹੋਏ, ਤਾਂ ਇਹ ਤੁਹਾਡੇ ਵਾਸਤੇ ਬੈਟਰ ਹੈ, ਕਿਉਂਕਿ ਬਿਨਾਂ ਪੈਰ ਤੋਂ ਜੇ ਆਪਾਂ ਰੋਪ ਕਲਾਈਮਿੰਗ ਕਰਦੇ ਹਾਂ ਤਾਂ ਜ਼ਿਆਦਾ ਜਲਦੀ ਚੜ੍ਹਿਆ ਜਾਂਦਾ ਹੈ ਅਤੇ ਇਹ ਈਜ਼ੀ ਹੋ ਜਾਂਦਾ ਹੈ ਅਤੇ ਨਾਲ ਹੀ ਈਜ਼ੀ ਉਤਰਨਾ ਵੀ ਹੋ ਜਾਂਦਾ ਹੈ। ਹੁਣ ਜੇ ਤੁਸੀਂ ਬਿਨਾਂ ਪੈਰ ਟੱਚ ਕੀਏ ਹੋਏ, ਬਿਨਾਂ ਪੈਰਾਂ ਦਾ ਸਹਾਰਾ ਲਏ ਹੋਏ ਤੁਹਾਡੀ ਤਿਆਰੀ ਹੈ, ਤਾਂ ਤੁਹਾਨੂੰ ਪੈਰਾਂ ਨਾਲ ਵੀ ਨਹੀਂ ਦਿੱਕਤ ਆਵੇਗੀ, ਕਿਉਂਕਿ ਤੁਸੀਂ ਇੰਨੇ ਮਹੀਨੇ ਤੱਕ ਬਿਨਾਂ ਪੈਰ ਟੱਚ ਕੀਤੇ ਹੋਏ ਤਿਆਰੀ ਕੀਤੀ ਹੈ, ਤਾਂ ਤੁਹਾਡਾ ਸਟੈਮਿਨਾ ਜਿਹੜਾ ਉਹ ਕਾਫੀ ਇਨਕਰੀਜ਼ ਹੋ ਚੁੱਕਿਆ ਹੋਵੇਗਾ। ਹੁਣ ਐਗਜ਼ਾਮਪਲ ਦੇ ਤੌਰ 'ਤੇ ਤੁਹਾਨੂੰ ਟ੍ਰਾਇਲ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਬਿਨਾਂ ਪੈਰ ਯੂਜ਼ ਕਰੇ ਹੋਏ ਰੋਪ ਕਲਾਈਮਿੰਗ ਕਰਨੀ ਹੈ। ਹੁਣ ਜੇ ਤੁਸੀਂ ਤਿਆਰੀ ਕੀਤੀ ਹੈ ਬਿਨਾਂ ਪੈਰ ਟੱਚ ਕੀਤੇ ਹੋਏ, ਤਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਵੇਗੀ। ਬਟ ਜੇ ਤੁਸੀਂ ਤਿਆਰੀ ਹੀ ਪੈਰਾਂ ਨਾਲ ਕੀਤੀ ਹੈ, ਮਤਲਬ ਕਿ ਪੈਰਾਂ ਦਾ ਸਹਾਰਾ ਲੈ ਕੇ ਕੀਤੀ ਹੈ, ਫਿਰ ਤੁਹਾਨੂੰ ਦਿੱਕਤ ਆ ਸਕਦੀ ਹੈ ਬਿਨਾਂ ਪੈਰ ਟੱਚ ਕਰੇ ਹੋਏ ਰੋਪ ਕਲਾਈਮਿੰਗ ਕਰਨ ਵਿੱਚ। ਕਹਿਣ ਦਾ ਭਾਵ ਇਹ ਹੈ, ਜਿਨ੍ਹਾਂ ਵੀ ਕੈਂਡੀਡੇਟਾਂ ਨੇ ਬਿਨਾਂ ਪੈਰ ਟੱਚ ਕੀਤੇ ਹੋਏ ਤਿਆਰੀ ਕੀਤੀ ਹੈ, ਉਹਨਾਂ ਨੂੰ ਨਾ ਤਾਂ ਬਿਨਾਂ ਪੈਰ ਟੱਚ ਕਰੇ ਹੋਏ ਰੋਪ ਕਲਾਈਮਿੰਗ ਕਰਨ 'ਚ ਦਿੱਕਤ ਆਵੇਗੀ, ਅਤੇ ਨਾ ਹੀ ਪੈਰਾਂ ਨੂੰ ਟੱਚ ਕਰਕੇ ਪੈਰਾਂ ਦੀ ਹੈਲਪ ਲੈ ਕੇ ਰੋਪ ਕਲਾਈਮਿੰਗ ਕਰਨ ਵਿੱਚ ਕੋਈ ਪ੍ਰੋਬਲਮ ਆਵੇਗੀ। ਬਟ ਪ੍ਰੋਬਲਮ ਇੱਥੇ ਹੁੰਦੀ ਹੈ ਜਿਨ੍ਹਾਂ ਕੈਂਡੀਡੇਟਾਂ ਨੇ ਪੈਰਾਂ ਦਾ ਸਹਾਰਾ ਲੈ ਕੇ ਤਿਆਰੀ ਕੀਤੀ ਹੋਈ ਹੈ, ਉਹਨਾਂ ਨੂੰ ਆਦਤ ਪੈ ਚੁੱਕੀ ਹੈ ਕਿ ਪੈਰਾਂ ਦਾ ਵੀ ਜ਼ੋਰ ਲਗਾਉਣਾ ਹੈ ਰੋਪ ਕਲਾਈਮਿੰਗ ਕਰਨ ਵਿੱਚ, ਤਾਂ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਜੇ ਟ੍ਰਾਇਲ ਦੇ ਦੌਰਾਨ ਕਹਿ ਦਿੱਤਾ ਜਾਵੇ ਕਿ ਪੈਰ ਯੂਜ਼ ਨਹੀਂ ਕਰਨੇ, ਜਸਟ ਆਪਣੇ ਹੱਥਾਂ ਦੇ ਸਾਰੇ ਹੀ ਰੋਪ ਕਲਾਈਮਿੰਗ ਕਰਨੀ ਆ। ਸੋ ਹਾਲੇ ਵੀ ਆਪਣੇ ਕੋਲ ਕਾਫੀ ਦਿਨ ਨੇ, 5-6 ਦਿਨ ਅਰਾਊਂਡ ਹੈ ਆਪਣੇ ਕੋਲ, ਤਾਂ ਜਿੰਨੀ ਹੋ ਸਕਦੇ ਆ ਉਨੀ ਤਿਆਰੀ ਕਰੋ ਤੁਸੀਂ ਰੋਪ ਕਲਾਈਮਿੰਗ ਕਰਨ ਦੀ ਬਿਨਾਂ ਪੈਰਾਂ ਨੂੰ ਟੱਚ ਕਰੇ। ਓਕੇ ਦੋਸਤੋ, ਐਂਡ ਜਿਹੜਾ ਗੋਲਾ ਅਤੇ ਰੋਪ ਹੈ ਜੇ ਤੁਹਾਡੇ ਕੋਲ ਨਹੀਂ ਹੈ, ਜੇ ਬਾਏ ਕਰਨਾ ਚਾਹੁੰਦੇ ਹੋ ਹਾਲੇ ਵੀ, ਤਾਂ ਉਹਨਾਂ ਦੇ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤੇ ਨੇ, ਉੱਥੇ ਜਾ ਕੇ ਤੁਸੀਂ ਐਮਾਜ਼ਾਨ 'ਤੇ ਕੈਸ਼ ਔਨ ਡਿਲੀਵਰੀ 'ਤੇ ਇਹ ਬਾਏ ਕਰ ਸਕਦੇ ਹੋ ਅਤੇ ਆਪਣੀ ਤਿਆਰੀ ਨੂੰ ਪਰਫੈਕਟ ਕਰ ਸਕਦੇ ਹੋ। ਜੇ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹ ਮੇਰਾ ਇੰਸਟਾਗ੍ਰਾਮ ID ਨੰਬਰ, ਇਸ 'ਤੇ ਮੈਨੂੰ ਫੋਲੋ ਕਰਕੇ ਮੇਰੇ ਨਾਲ ਗੱਲ ਕਰ